ऑल इंडिया 24 न्यूज़ चैनल ते दर्शकों का स्वागत है। मैं गुरतेज सिंह थूही। जिमें जिमें पंजाब विधानसभा 2022 दीआं चोणां नेड़े आ रही ने, पंजाब का माहौल है जिहड़ा वो गरमाउंदा जा रहा है। सो सियासी गलियारां दे विच 2022 दीआं चोणां नूं लैके चर्चा शुरू हो गई है कि 2022 दीआं चोणां दे विच ਕਿਹੜੀ ਪਾਰਟੀ ਹੈ ਜਿਹੜੀ ਉਹ ਸੱਤਾ ਹਾਸਲ ਕਰੂਗੀ। ਸੋ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਸੋ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਹਲਕਾ ਨਾਭਾ ਦੇ ਵਿਧਾਨ ਸਭਾ ਹਲਕਾ ਨਾਭਾ ਦੇ ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਲਾਲਕਾ ਸਾਹਿਬ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਲਾਲਕਾ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਕਿ ਕਾਂਗਰਸ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਜਿੱਥੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਉੱਥੇ ਇਹ ਵੀ ਕੀਤਾ ਸੀ ਕਿ ਜਿਹੜਾ ਨਸ਼ਾ ਹੈ ਉਹ 4 ਹਫ਼ਤਿਆਂ ਦੇ ਵਿੱਚ ਕੈਪਟਨ ਸਾਹਿਬ ਨੇ ਕਿਹਾ ਸੀ ਉਹਦਾ ਲੱਕ ਤੋੜ ਦਾਂਗੇ, ਅਸੀਂ ਨਸ਼ਾ ਖਤਮ ਕਰ ਦਾਂਗੇ। ਸੋ ਕਾਂਗਰਸ ਪਾਰਟੀ ਕਹਿੰਦੀ 85% ਵਾਅਦੇ ਅਸੀਂ ਪੂਰੇ ਕਰਤੇ, ਕਿਵੇਂ ਦੇਖਦੇ? ਕਾਂਗਰਸ ਪਾਰਟੀ ਦਾ ਨਾਂ ਹੀ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਬਦਲ ਕੇ ਝੂਠੀ ਪਾਰਟੀ ਦਾ ਨਾਂ ਦੇ ਦੇਣਾ ਚਾਹੀਦਾ, ਕਿਉਂਕਿ ਝੂਠ ਤੋਂ ਸਿਵਾਏ ਇਹਨਾਂ ਕੋਲ ਕੰਮ ਕੋਈ ਨਹੀਂ ਹੈਗਾ, ਨਾ ਇਹਨਾਂ ਨੂੰ ਕੰਮ ਕਰਨਾ ਆਉਂਦਾ, ਨਾ ਇਹਨਾਂ ਨੇ ਕੰਮ ਕਦੇ ਕੀਤਾ ਹੈਗਾ। ਇਹਨਾਂ ਨੇ ਹਮੇਸ਼ਾ ਪੰਜਾਬ ਨਾਲ ਮਖੌਲ ਕੀਤਾ, ਪੰਜਾਬ ਦੀ ਜਵਾਨੀ ਨਾਲ ਮਖੌਲ ਕੀਤਾ, ਪੰਜਾਬ ਦਾ ਘਾਣ ਕੀਤਾ। ਜਾਂ ਸਭ ਤੋਂ ਵੱਡਾ ਗੱਲ ਇਹ ਹੁੰਦੀ ਹੈ ਕਿ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ, ਜਿਹਨੂੰ ਅਸੀਂ ਗੁਟਕਾ ਸਾਹਿਬ ਦੇ ਵਿੱਚ ਜਿਹੜੀ ਬਾਣੀ ਹੈ ਉਹ ਪਵਿੱਤਰ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ। ਉਸ ਬਾਣੀ ਦੇ ਦਾ ਵੀ ਇਹਨਾਂ ਨੇ ਮਖੌਲ ਉਡਾਇਆ। ਸੋ ਉਹਨੂੰ ਝੂਠੀ ਸਹੁੰ ਚੁੱਕ ਕੇ ਬੇਅਦਬੀ ਕੀਤੀ ਹੈ ਕਿਸਮ ਦੀ, ਮੈਂ ਸਮਝਦਾ। ਤੋ ਪੰਜਾਬੀ ਇਸ ਗੱਲ ਨੂੰ ਕਦੇ ਵੀ ਭੁੱਲਦੇ ਨਹੀਂ, ਕਿਉਂਕਿ ਪੰਜਾਬੀ ਹੋਰ ਕੋਈ ਗੱਲ ਬਰਦਾਸ਼ਤ ਕਰ ਸਕਦੇ ਆ, ਪਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਕੋਈ ਇਸ ਤਰ੍ਹਾਂ ਦੀ ਕੋਈ ਝੂਠ ਬੋਲੇ ਤਾਂ ਉਹਨੂੰ ਕਦੇ ਵੀ ਬਰਦਾਸ਼ਤ ਪੰਜਾਬੀ ਨਹੀਂ ਕਰਦਾ। ਪੰਜਾਬੀ ਚਾਹੇ ਕਿਸੇ ਵੀ ਭਾਸ਼ਾ ਦਾ ਹੋਵੇ, ਚਾਹੇ ਸਿੱਖ ਧਰਮ ਦੇ ਨਾਲ ਸੰਬੰਧਿਤ ਨਾਮ ਵੀ ਹੋਵੇ, ਤਾਂ ਵੀ ਪੰਜਾਬੀ ਇਸ ਗੱਲ ਦਾ ਗੁੱਸਾ ਕਰ ਲੈਂਦਾ, ਕਿਉਂਕਿ ਇਹਨਾਂ ਨੇ ਝੂਠ ਬੋਲ ਕੇ ਨਸ਼ਾ ਵਧਾਇਆ, ਨਸ਼ਾ ਘਟਾਇਆ ਨਹੀਂ, ਨਸ਼ਾ ਵਧਾ ਦਿੱਤਾ। ਇਹਨਾਂ ਨੇ ਕਿਹਾ ਸੀ ਕਿ ਅਸੀਂ 24 ਘੰਟਿਆਂ 'ਚ ਨਸ਼ਾ ਖਤਮ ਕਰ ਦਾਂਗੇ, ਇਹਨਾਂ ਨੇ ਥਾਂ ਥਾਂ ਦੇ ਉੱਪਰ ਡੁਪਲੀਕੇਟ ਸ਼ਰਾਬ ਬਣਾ ਕੇ ਵੇਚ ਦਿੱਤੀ। ਇਸ ਤਰ੍ਹਾਂ ਹੀ ਇਹਨਾਂ ਨੇ ਜਿਹੜਾ ਨਸ਼ਾ ਸੀਗਾ ਘਰ ਘਰ ਦੇ ਵਿੱਚ ਪਹੁੰਚਾ ਦਿੱਤਾ। ਅੱਜ ਜਿਹੜੇ ਵੀ ਇਹਨਾਂ ਦੇ ਯੂਥ ਕਾਂਗਰਸ ਦੇ ਅਹੁਦੇਦਾਰ ਸਾਹਿਬਾਨ ਨੇ ਔਰ ਆਲ ਓਵਰ ਪੰਜਾਬ ਦੇ ਵਿੱਚ, ਉਹਨਾਂ ਦਾ ਕਾਰੋਬਾਰ ਕੀ ਹੈ? ਉਹਨਾਂ ਦਾ ਕਾਰੋਬਾਰ ਸਿਰਫ ਅਤੇ ਸਿਰਫ ਨਸ਼ਾ ਵੇਚਣਾ ਹੀ ਹੈ। ਕਾਂਗਰਸ ਪਾਰਟੀ ਜਿਹੜੀ ਹੈ, ਉਹਨਾਂ ਦੇ ਮਿਨਿਸਟਰ ਜਾਂ ਉਹਨਾਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਸ਼ਟਰਿੰਗ ਦੇ ਰਹੇ ਨੇ। ਸੋ ਇਹ ਬਿਲਕੁਲ ਹੀ ਝੂਠੇ ਲੋਕ ਨੇ। ਮੈਂ ਸਮਝਦਾ ਕਿ ਇਹਨਾਂ ਲੋਕਾਂ ਤੋਂ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ, ਕਿਉਂਕਿ ਕਾਂਗਰਸ ਜਦੋਂ ਜਦੋਂ ਵੀ ਪੰਜਾਬ 'ਚ ਆਈ ਪੰਜਾਬ ਦਾ ਘਾਣ ਕਰਕੇ ਗਈ ਹੈ। ਪੰਜਾਬ ਦਾ ਘਾਣ ਇਹਨਾਂ ਨੇ ਇਸ ਤਰ੍ਹਾਂ ਕਰਤਾ ਕਿ ਅੱਜ ਪੰਜਾਬ ਦੀ ਜਵਾਨੀ ਜਿਹੜੀ ਹੈ ਬੇਰੁਜ਼ਗਾਰੀ ਨਾਲ ਮਰ ਰਹੀ ਹੈ। ਇਹਨਾਂ ਨੇ ਕਿਹਾ ਸੀ ਅਸੀਂ ਘਰ ਘਰ ਰੁਜ਼ਗਾਰ ਦੇ ਦਾਂਗੇ, ਸਰਕਾਰੀ ਨੌਕਰੀ ਨੂੰ ਅਸੀਂ ਨੌਕਰੀ ਮੰਨਦੇ ਹਾਂ। ਜਿਹੜੀਆਂ ਗੱਲਾਂ ਬਾਕੀ ਦੀਆਂ ਕਰੀ ਜਾਂਦੇ ਨੇ, ਪਿਛਲੇ ਦਿਨੀ ਮੈਂ ਦੇਖਿਆ ਇੱਕ ਮਨਿਸਟਰ ਇਹਨਾਂ ਦਾ, ਇੱਥੇ ਦਾ ਮਨਿਸਟਰ, ਇਸ ਨਾਭੇ ਸ਼ਹਿਰ ਦਾ MLA ਪਰ ਮਨਿਸਟਰ, ਉਹ ਇਹ ਗੱਲ ਕਹਿ ਰਿਹਾ ਕਿ ਅਸੀਂ 16 ਲੱਖ ਨੌਕਰੀ ਦੇ ਦਿੱਤੀ। ਮੈਂ ਉਹਨੂੰ ਇੱਕ ਸਵਾਲ ਕਰਦਾ ਵੀ ਜੇ 16 ਲੱਖ ਨੌਕਰੀ ਦਿੱਤੀ ਹੈ ਤਾਂ ਤੁਸੀਂ ਨਾਭੇ ਸ਼ਹਿਰ 'ਚੋਂ 5 ਬੰਦੇ ਦੱਸ ਸਕਦੇ ਹੋ ਜਿਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੋਵੇ? ਐਵੇਂ ਗੱਪਾਂ ਮਾਰਨ ਦੀ ਸਿਵਾਏ ਕੋਈ ਇੱਕ ਹੋਰ ਕੰਮ ਵੀ ਕਰੋ। ਸੋ ਗੱਪਾਂ ਮਾਰ ਕੇ ਤੁਸੀਂ 4.5 ਸਾਲ ਕੱਢਤੇ, 6 ਮਹੀਨੇ ਤੁਹਾਡੇ ਰਹਿ ਗਏ ਆ, ਅਤੇ 2 ਮਹੀਨਿਆਂ ਤੱਕ ਤੁਹਾਡੀ ਅਫਸਰਾਂ ਨੇ ਸੁਣਨੋਂ ਬੰਦ ਕਰ ਦੇਣੀ ਆ। ਜਿਹੜੇ ਅੱਜ ਤੁਹਾਡੇ ਆਲੇ ਦੁਆਲੇ ਫਿਰਦੇ ਨਾ ਤੁਹਾਡੀਆਂ ਗੱਡੀਆਂ ਦੇ, ਇਹ 2-3 ਮਹੀਨਿਆਂ ਤੱਕ ਤੁਹਾਡੇ ਵੱਲ ਮੂੰਹ ਨਹੀਂ ਕਰਨਗੇ, ਪਿੱਠ ਕਰਕੇ ਖੜ੍ਹ ਜਾਣਗੇ, ਕਿਉਂਕਿ ਅਸੀਂ ਦੇਖਿਆ ਹੋਇਆ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ। ਸੋ ਪੰਜਾਬ ਦੇ ਲੋਕਾਂ ਨੇ 2022 'ਚ ਤੁਹਾਨੂੰ ਬਿਲਕੁਲ ਹੀ ਤੁਹਾਡਾ ਛਾਬੜਾ ਮੂਧਾ ਮਾਰ ਕੇ ਬਾਹਰ ਕੱਢ ਦੇਣਾ। ਸੋ ਮੈਂ ਸਮਝਦਾ ਕਿ ਇਹਨਾਂ ਨੇ ਝੂਠ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ। ਸੋ ਲਾਲਕਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਹੈਗੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਐਲਾਨ ਕੀਤਾ ਕਿ ਜਿਹੜੇ ਹੈਗੇ ਜੇ ਸਾਡੀ 2022 'ਚ ਇਲੈਕਸ਼ਨ ਜਿਹੜੀ ਹੈਗੀ ਸਰਕਾਰ ਬਣਦੀ ਹੈ ਤਾਂ ਡਿਪਟੀ ਮੁੱਖ ਮੰਤਰੀ ਜਿਹੜਾ ਕਿਸੇ ਦਲਿਤ ਨੂੰ ਬਣਾਇਆ ਜਾਊਗਾ, ਦਲਿਤ ਆਗੂ ਨੂੰ। ਅਤੇ ਵਿਰੋਧੀ ਕਹਿੰਦੇ ਵੀ ਪਹਿਲਾਂ ਵੀ 10 ਸਾਲ ਸਰਕਾਰ ਰਹੀ ਹੈ, ਵੀ ਹੁਣ ਦਲਿਤਾਂ ਦੀ ਯਾਦ ਆ ਗਈ, ਕਿਉਂ? ਨਹੀਂ, ਪਹਿਲਾਂ ਵੀ ਅਸੀਂ ਦਲਿਤ ਭਾਈਚਾਰੇ ਨੂੰ ਜਿੰਨਾ ਮਾਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ 'ਚ ਮਿਲਿਆ ਉਹ ਕਿਸੇ ਵੀ ਸਰਕਾਰ 'ਚ ਦੂਸਰੀ 'ਚ ਮਿਲ ਨਹੀਂ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਦਲਿਤ ਸਾਡੇ ਕੈਬਨਿਟ ਦੇ ਵਜ਼ੀਰ ਰਹੇ, ਫੁੱਲ ਫਲੈਸ਼ ਮਹਿਕਮੇ ਰਹੇ, ਪਰ ਉਹਨਾਂ ਦੇ ਮਹਿਕਮਿਆਂ ਦੇ ਵਿੱਚ ਵੀ ਪੂਰੀਆਂ ਭਾਵਨਾ ਸੀਗੀਆਂ, ਉਹਨਾਂ ਨੇ ਕੰਮ ਕਰਕੇ ਦਿਖਾਇਆ। ਅਤੇ ਇੱਕ ਗੱਲ ਹੋਰ ਵੀ ਹੈਗੀ ਆ, ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ, ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ, ਇਹਨਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਇੰਟਰਵਿਊ 'ਚ ਇਹ ਗੱਲ ਮੰਨੀ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਹਿੰਦੇ ਆ ਕਰਕੇ ਦਿਖਾਉਂਦੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜੋ ਕਿਹਾ ਉਹ ਕਰਕੇ ਦਿਖਾਉਣਗੇ, ਤੁਸੀਂ ਦੇਖ ਲਿਓ। ਅਤੇ ਜਦੋਂ ਹੁਣ ਅਗਲੀ ਇਲੈਕਸ਼ਨ 22 ਦਾ ਇਲੈਕਸ਼ਨ ਕੋਈ ਬਹੁਤਾ ਦੂਰ ਨਹੀਂ, 4-5 ਮਹੀਨਿਆਂ ਦੀ ਗੱਲ ਹੈ, ਔਰ 4-5 ਮਹੀਨਿਆਂ ਬਾਅਦ ਗਲਤ ਚਿਹਰਾ ਜਿਹੜਾ ਹੈਗਾ ਉਹ ਡਿਪਟੀ ਚੀਫ ਮਿਨਿਸਟਰ ਪੰਜਾਬ ਦੇ ਵਿੱਚ ਬਣੇਗਾ, ਔਰ ਜਿਹੜੀ ਗੱਲ ਉਹਨਾਂ ਨੇ ਕਹੀ ਆ ਪੱਥਰ 'ਤੇ ਲਕੀਰ ਹੁੰਦੀ ਆ ਪੂਰੀ ਕਰਦੇ ਨੇ। ਕਿਉਂਕਿ ਅਸੀਂ ਸਾਡੇ ਕੋਲ ਕੋਈ ਇੱਦਾਂ ਦਾ ਨਹੀਂ ਹੁੰਦਾ ਕਿ ਅਸੀਂ ਹੁਕਮ ਸੋਨੀਆ ਗਾਂਧੀ ਕੋਲੋਂ ਲੈਣ ਜਾਣਾ ਜਾਂ ਅਸੀਂ ਕਿਸੇ ਹੋਰ ਰਾਹੁਲ ਗਾਂਧੀ ਕੋਲੋਂ ਲੈਣ ਜਾਣਾ। ਸਾਡੇ ਤਾਂ ਖੁਦ ਮੁਖਤਿਆਰ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਦੀ
जी कैबिनेट है वो साड़ी पी एस सी कैबिनेट है साड़ी पी एस सी ने फैसला कर दिता है कि असी पंजाब दे विच दलित जिहड़ा चेहरा हैगा उन्हें डिप्टी सी एम बनाउणा और सरदार सुखबीर सिंह बादल चीफ मिनिस्टर बन गए। ਦਲਕਾ ਸਾਹਿਬ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਹੜੇ ਉਹ ਦੋਸ਼ ਲਾ ਰਹੇ ਨੇ ਜੇ ਕਿਹੜੀਆਂ ਰਵਾਇਤੀ ਪਾਰਟੀਆਂ ਨੇ ਅਕਾਲੀ ਦਲ ਅਤੇ ਕਾਂਗਰਸ ਆਪਸ 'ਚ ਮਿਲੇ ਹੋਏ ਨੇ ਜਿਹਨਾਂ ਨੇ ਰਲ ਕੇ ਜਿਹੜਾ ਪੰਜਾਬ ਦਾ ਘਾਣ ਕੀਤਾ ਉਹ ਕਹਿੰਦੇ ਜੇ ਅਸੀਂ ਆ ਗਏ ਸਾਡੀ ਸੱਤਾ 'ਚ 2022 ਸਰਕਾਰ ਬਣ ਗਈ ਤਾਂ ਦਿੱਲੀ ਮਾਡਲ ਤਾਂ ਜਿਹੜਾ ਪੰਜਾਬ ਦਾ ਜਿਹੜਾ ਵਿਕਾਸ ਕਰਾਂ। ਇਹ ਬਿਲਕੁਲ ਹੀ ਝੂਠੇ ਸਾਬਤ ਹੋਏ ਨੇ। ਦਿੱਲੀ ਦਾ ਮਾਡਲ ਤਾਂ ਦਿੱਲੀ ਵਾਲਿਆਂ ਨੂੰ ਪਤਾ ਹੋਏਗਾ, ਇੱਥੇ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਦਿੱਲੀ ਜਾ ਕੇ ਆਉਂਦੇ ਨੇ, ਮੈਂ ਵੀ ਕਾਫੀ ਸਮਾਂ ਦਿੱਲੀ ਵਿੱਚ ਲਗਾਉਂਦਾ ਕਿਉਂਕਿ ਮੈਨੂੰ ਦਿੱਲੀ ਦੇ ਵਿੱਚ ਬਹੁਤ ਕੰਮ ਹੁੰਦੇ ਆ। ਮੈਂ ਦੇਖਦਾ ਰਹਿੰਦਾ ਕਿ ਉੱਥੇ ਜਿਹੜੇ ਕੇਜਰੀਵਾਲ ਇੱਥੇ ਆ ਕੇ ਪੰਜਾਬ 'ਚ ਗੱਪਾਂ ਮਾਰਦੇ ਨੇ ਉਹਨਾਂ ਦੇ ਲੋਕ, ਕਿ ਮੇਰਾ ਖਾਸ ਕਰਕੇ ਧਿਆਨ ਹੁੰਦਾ ਮੈਂ ਸਕੂਲਾਂ ਜਾਂ ਜਿਹੜੀ ਗਰੀਬ ਜਨਤਾ ਹੈ ਉਹਨਾਂ ਵੱਲ ਧਿਆਨ ਸਪੈਸ਼ਲੀ ਮਾਰ ਕੇ ਦੇਖੀਦਾ। ਅਤੇ ਮੈਨੂੰ ਇਹ ਇੱਥੇ ਨਜ਼ਰ ਆਉਂਦਾ ਹੁੰਦਾ ਕਿ ਕੁੱਲੀਆਂ ਦੇ ਵਿੱਚ ਲੋਕ ਪਏ ਨੇ, ਜਿਹੜੇ ਪਾਈਪ ਨੇ ਵੱਡੇ ਵੱਡੇ ਪਾਣੀ ਵਾਲੇ ਉਹਨਾਂ 'ਚ ਗਰੀਬ ਜਨਤਾ ਸੁੱਤੀ ਪਈ ਹੈ। ਉਹਨਾਂ ਦੇ ਕੋਲ ਕੋਈ ਸਕੀਮ ਨਹੀਂ ਜਿਹੜੀ ਕਿ ਪੰਜਾਬ 'ਚ ਅਸੀਂ ਆਟਾ ਦਾਲ ਦੀ ਸਕੀਮ ਦੇ ਕੇ ਰੱਖੀ, ਉਹਨਾਂ ਕੋਲ ਕੋਈ ਬਿਜਲੀ ਦਾ ਪ੍ਰਬੰਧ ਹੈ ਨਹੀਂ ਕਿਉਂਕਿ ਬਿਜਲੀ ਦਾ ਤਾਂ ਲੱਗੇਗੀ ਜੇ ਕਿਤੇ ਕੋਈ ਖੰਭਾ ਹੋਏਗਾ ਜਾਂ ਕੋਈ ਉਹਨਾਂ ਦੀ ਕੋਈ ਥਾਂ ਹੋਏਗੀ, ਉੱਥੇ ਬਿਜਲੀ ਕਿਤੇ ਹੈ ਨਹੀਂ। 200 ਯੂਨਿਟ ਅਸੀਂ ਜਿਹੜੀ ਪੰਜਾਬ 'ਚ ਕਈ ਸਾਲਾਂ ਤੋਂ ਦੇ ਰਹੇ ਹਾਂ, ਸੋ ਅੱਜ ਉਹ ਗੱਲ ਕਰ ਰਿਹਾ ਕਿ ਅਸੀਂ ਬਿਜਲੀ ਪੰਜਾਬ ਉੱਥੇ ਫਰੀ ਦੇ ਰਹੇ ਹਾਂ। ਮੈਂ ਸਮਝਦਾ ਕਿ ਕੇਜਰੀਵਾਲ ਦੇ ਜਿਹੜੇ ਇੱਥੇ ਭੇਜੇ ਨੇ ਬੰਦੇ, ਸ਼ਾਇਦ ਇਹਨਾਂ ਨੂੰ ਆਪਣੇ ਆਪ ਨੂੰ ਪਤਾ ਨਹੀਂ ਕਿ ਦਿੱਲੀ ਦਾ ਅਤੇ ਪੰਜਾਬ ਦਾ ਜੀਵੀ ਸਮਾਨ ਦਾ ਫਰਕ ਕਿਹਾ ਜਾ ਸਕਦਾ, ਜਾਂ ਤਾਂ ਇਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ, ਕਿਉਂਕਿ ਇਹ ਤਾਂ ਹੁਣ ਕੱਲ੍ਹ ਪਰਸੋਂ ਉੱਠ ਕੇ ਇਹ ਸੋਚਦੇ ਨੇ ਕਿ ਅਸੀਂ ਕੱਲ੍ਹ ਨੂੰ ਆਮ ਆਦਮੀ 'ਚ ਆਏ ਹਾਂ ਅਤੇ ਪਰਸੋਂ ਨੂੰ MLA ਬਣ ਕੇ ਆਪਣੀਆਂ ਰਾਜ ਮਸਤੀਆਂ ਮਾਣਾਂਗੇ। ਸੋ ਇਹਨਾਂ ਨੂੰ ਪਤਾ ਨਹੀਂ ਕਿ ਇਸ ਗੱਲ ਦਾ ਕਿ ਜਿਹੜਾ ਭੂਗੋਲ ਹੈ ਉਹ ਕੀ ਹੈ, ਕਿਉਂਕਿ ਦਿੱਲੀ ਦੇ ਵਿੱਚ ਟੈਕਸ ਜਿਹੜਾ ਹੈਗਾ ਨੇ, ਵੱਡੀ ਵੱਡੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਨੇ ਉੱਥੇ, ਹੀਰਿਆਂ ਤੱਕ ਕੀ ਗੋਲਡ ਤੱਕ ਅਤੇ ਜਿਹੜੇ ਟੈਕਸ ਨੇ, ਵੱਡੇ ਵੱਡੇ ਟੈਕਸ ਜਿਹੜੇ ਨੇ ਉਹ ਦਿੱਲੀ ਸਰਕਾਰ ਕੋਲ ਆਉਂਦੇ ਨੇ। ਅਤੇ ਉਹਨਾਂ ਟੈਕਸਾਂ ਰਾਹੀਂ ਤਾਂ ਤੁਸੀਂ ਪੂਰਾ ਅੱਧਾ ਹਿੰਦੁਸਤਾਨ ਨੂੰ ਖੁਸ਼ਹਾਲ ਕਰ ਸਕਦੇ ਹੋ। ਸੋ ਮੈਂ ਸਮਝਦਾ ਕਿ ਇਹਨਾਂ ਨੇ ਬਿਲਕੁਲ ਝੂਠੀਆਂ ਗੱਲਾਂ ਕੀਤੀਆਂ ਨੇ, ਕੁਛ ਵੀ ਉੱਥੇ ਡੱਕਾ ਨਹੀਂ ਤੋੜਿਆ। ਅਤੇ ਦਿੱਲੀ ਦਾ ਅਤੇ ਜੀਵੀ ਸਮਾਨ ਦਾ ਜਿਹੜਾ ਫਰਕ ਹੈ ਪੰਜਾਬ ਦਾ ਫਰਕ ਹੈ। ਪੰਜਾਬ 'ਚ ਸਰਕਾਰ ਨੂੰ ਖਰਚੇ ਬਹੁਤ ਨੇ, ਬਾਰਡਰ ਸਟੇਟ ਹੈ, ਇਹਦੇ ਵਿੱਚ ਕੋਲ ਕੋਈ ਆਮਦਨ ਕੋਈ ਨਹੀਂ ਹੈਗੀ, ਇੰਡਸਟਰੀ ਕੋਈ ਨਹੀਂ ਹੈਗੀ ਇੱਦਾਂ ਦੀ ਜਿਹੜੀ ਕੋਈ ਸਾਡੇ ਕੋਲ ਰਹਿੰਦੀ ਖਾਂਦੀ ਇੰਡਸਟਰੀ, ਛੋਟੀ ਸਾਡੀ ਐਗਰੀਕਲਚਰ ਇੰਡਸਟਰੀ ਹੈ, ਐਗਰੀਕਲਚਰ ਸਾਡਾ ਸਿਸਟਮ ਹੈ, ਉਹਨੂੰ ਫੇਲ ਕੀਤਾ ਜਾ ਰਿਹਾ। ਦਿੱਲੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਲਾਗੂ ਕੀਤਾ ਜਿਹੜਾ ਕਿ ਨਰਿੰਦਰ ਮੋਦੀ ਜੀ ਨੇ ਕਾਨੂੰਨ ਲਿਆਂਦਾ, 3 ਕਾਨੂੰਨ ਲਿਆਂਦੇ ਕਾਲੇ ਕਾਨੂੰਨ, ਸਭ ਤੋਂ ਪਹਿਲਾਂ ਲਾਗੂ ਕੇਜਰੀਵਾਲ ਨੇ ਕੀਤਾ। ਸੋ ਕੇਜਰੀਵਾਲ ਤੋਂ ਅਸੀਂ ਕੀ ਸੋਚ ਸਕਦੇ ਹਾਂ ਕਿ ਪੰਜਾਬ ਦਾ ਭਲਾ ਕਰ ਦੂ। ਸੋ ਲਾਲਕਾ ਸਾਹਿਬ, ਮੇਰਾ ਅਗਲਾ ਸਵਾਲ ਨਾਲ ਇਹ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਸੁਨੀਲ ਜਾਖੜ, ਇੱਕ ਹੋਰ ਕੈਬਨਿਟ ਮੰਤਰੀ, ਉਹਨਾਂ ਨੇ ਕੈਬਨਿਟ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਦੂਸਰੇ ਪਾਸੇ ਨਵਜੋਤ ਸਿੱਧੂ ਨੇ ਜਿਹੜੇ ਉਹ ਵੀ ਆਪਣੀ ਹੀ ਸਰਕਾਰ 'ਤੇ ਨਿਸ਼ਾਨੇ ਸਾਧਦੇ ਆ ਰਹੇ ਨੇ, ਕਿਹੋ ਜਿਹੇ ਮਾਹੌਲ? ਮੈਂ ਇੱਕ ਗੱਲ ਤੋਂ ਨਾ ਬੜੀ ਹਾਸੋਹੀਣੀ ਗੱਲ ਲੱਗਦੀ ਹੈ ਕਿ ਕੈਬਨਿਟ ਦਾ ਵਜ਼ੀਰ ਅਸਤੀਫਾ ਦੇ ਰਿਹਾ ਮੁੱਖ ਮੰਤਰੀ ਨੂੰ, ਉਹਨੇ ਅਸਤੀਫਾ ਭੇਜਣਾ, ਇੱਕ ਕਾਪੀ ਟਾਈਪ ਕਰਾ ਕੇ ਗਵਰਨਰ ਸਾਹਿਬ ਨੂੰ ਭੇਜੇ, ਨਾਲ ਸਪੀਕਰ ਸਾਹਿਬ ਨੂੰ ਭੇਜੇ, ਅਤੇ ਨਾਲ ਇਹ ਗੱਲ ਕਹੇ ਕਿ ਮੈਂ ਆਪਣਾ ਅਸਤੀਫਾ ਦੇ ਦਿੱਤਾ। ਉਹ ਐਵੇਂ ਮਜ਼ਾਕ ਜਿਵੇਂ ਬੰਦਾ ਕਹਿੰਦਾ ਚੀਚੀ ਨੂੰ ਲਾ ਕੇ ਚੀਰ ਜਿਹਾ, ਕਹਿੰਦਾ ਵੀ ਮੈਂ ਕੁਰਬਾਨੀ ਦੇਣ ਲੱਗਿਆ। ਕੁਰਬਾਨੀ ਕੀ ਦੇਣ ਲੱਗਿਆ? ਤੁਸੀਂ ਮੁੱਖ ਮੰਤਰੀ ਦੇ ਸਾਹਮਣੇ ਪੇਸ਼ ਕੀਤਾ, ਉਹਨੇ ਚੱਕ ਕੇ ਪਾੜ ਕੇ ਪਰੇ ਰੁਕਤਾ। ਇਹ ਮੈਂ ਸਮਝਦਾ ਕਿ ਜੇ ਜਾਖੜ ਸਾਹਿਬ ਜਾਂ ਕੈਬਨਿਟ ਦੇ ਵਜ਼ੀਰ ਸਾਹਿਬ ਦੀ ਜ਼ਮੀਰ ਜਾਗੀ ਹੈ ਤਾਂ ਪੰਜਾਬ ਦੀ ਜਨਤਾ ਤੋਂ ਖੜ੍ਹ ਕੇ ਮਾਫ਼ੀ ਮੰਗਣ ਕਿ ਅਸੀਂ ਤੁਹਾਡੇ ਕੋਲ ਝੂਠ ਬੋਲ ਕੇ ਸਰਕਾਰ ਬਣਾਈ ਸੀ। ਸੋ ਅਸੀਂ ਨੱਕਰ ਗੜ ਕੇ ਇਸ ਗੱਲ ਦੀ ਮਾਫ਼ੀ ਮੰਗਦੇ ਹਾਂ, ਅਤੇ ਅਗਲੀ ਵਾਰੀ ਨੂੰ ਇਹ ਗੱਲ ਕਹਿ ਦੇਣ, ਇਹ ਦੋਵੇਂ ਵਿਅਕਤੀ ਕਹਿ ਦੇਣ, ਮੈਂ ਮੰਨ ਜੂੰਗਾ ਇਸ ਗੱਲ ਨੂੰ, ਇਹ ਦੋਵੇਂ ਵਿਅਕਤੀ ਕਹਿ ਦੇਣ ਕਿ ਅਸੀਂ 6 ਸਾਲ ਲਈ ਇਲੈਕਸ਼ਨ 'ਚ ਕੋਈ ਆਵਾਂਗੇ ਨਹੀਂ, ਇਲੈਕਸ਼ਨ ਦੇ ਵਿੱਚ ਕੋਈ ਕੰਮ ਨਹੀਂ ਕਰਾਂਗੇ। ਫਿਰ ਮੈਂ ਸਮਝਦਾ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਝੂਠ ਬੋਲਿਆ ਸੀਗਾ ਉਹਦੀ ਸ਼ਾਇਦ ਇਹਨਾਂ ਨੂੰ ਸ਼ਰਮ ਆ ਗਈ, ਅਤੇ ਮੈਂ ਸਮਝਦਾ ਇਹ ਝੂਠੇ ਲੋਕ ਨੇ ਝੂਠੀਆਂ ਗੱਲਾਂ ਮੁੱਖ ਮੰਤਰੀ ਦੇ ਟੇਬਲ 'ਤੇ ਅਸਤੀਫਾ ਦਿੱਤਾ, ਉਦੋਂ ਬਾਅਦ ਫਿਰ ਜੱਫੀਆਂ ਪਾਉਂਦੇ ਫਿਰਦੇ ਨੇ। ਸੋ ਨਵਜੋਤ ਸਿੰਘ ਸਿੱਧੂ ਦਾ ਤਾਂ ਕਹਿਣਾ ਕੀ ਆ, ਨਵਜੋਤ ਸਿੰਘ ਸਿੱਧੂ ਤਾਂ ਇੱਕ ਡੁਗਡੁਗੀ ਲੈ ਕੇ ਮਦਾਰੀ ਵਾਂਗੂ ਖਿਲਾਉਂਦੇ ਫਿਰਦੇ ਆ। ਐਡਾ ਵੱਡਾ ਮਹਿਕਮਾ ਦਿੱਤਾ ਸੀਗਾ ਸਰਕਾਰ ਨੇ, ਉਹਦੇ ਵਿੱਚ ਕਰੋੜਾਂ ਅਰਬਾਂ ਰੁਪਏ ਦੇ ਘੁਟਾਲੇ ਸੀਗੇ, ਉਹਨਾਂ ਘੁਟਾਲਿਆਂ ਨੂੰ ਠੀਕ ਕਰਦਾ। ਆ ਜਿਹੜੇ ਸ਼ਹਿਰ 'ਚ ਆਪਾਂ ਬੈਠੇ ਹਾਂ ਇੱਥੇ ਕਰੋੜਾਂ ਰੁਪਏ ਦੇ ਘੁਟਾਲੇ ਨੇ, ਇੱਥੇ ਪ੍ਰੋਪਰਟੀ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਰੈਵਨਿਊ ਦੇ ਵਿੱਚ ਲੋਕਲ ਬੋਡੀ ਦੇ ਅੰਡਰ ਆਉਂਦੀਆਂ ਸੀਗੀਆਂ ਜਿਹੜੀਆਂ ਦੱਬੀਆਂ ਹੋਈਆਂ ਲੋਕਾਂ ਨੇ। ਸੋ ਮੈਂ ਸਮਝਦਾ ਕਿ ਜੇ ਕੋਈ ਕੰਮ ਕਰਨਾ ਚਾਹੁੰਦਾ ਤਾਂ ਮਹਿਕਮਾ ਕੋਈ ਛੋਟਾ ਵੱਡਾ ਨਹੀਂ ਹੁੰਦਾ, ਕੰਮ ਕਰਕੇ ਮਹਿਕਮੇ ਨੂੰ ਵੱਡਾ ਕੀਤਾ ਜਾ ਸਕਦਾ, ਨਾ ਕੰਮ ਕਰਕੇ ਮਹਿਕਮੇ ਨੂੰ ਛੋਟਾ ਕੀਤਾ ਜਾ ਸਕਦਾ। ਸੋ ਜਿਹੜੇ ਬੰਦਿਆਂ ਨੂੰ ਕੰਮ ਕਰਨਾ ਨਹੀਂ ਆਉਂਦਾ ਉਹ ਲੋਕ ਪੰਜਾਬ ਦੀ ਬਾਂਗਡੋਰ ਸਾਂਭੀ ਬੈਠੇ ਨੇ, ਮੁੱਖ ਮੰਤਰੀ ਸਾਹਿਬ ਪਹਾੜਾਂ 'ਚ ਰਹਿੰਦੇ ਨੇ, ਵਜ਼ੀਰ ਉਹਦੇ ਐਸ਼ਪ੍ਰਸਤੀ ਰਹਿੰਦੇ ਨੇ, ਥੱਲੇ ਅੰਨੀ ਵੰਨਾ ਮੁੰਡੇ ਸ਼੍ਰੇਣੀਆਂ ਘਰਦਿਆਂ ਨੂੰ ਦੇ, ਆਪਣੇ ਘਰਦਿਆਂ ਨੂੰ ਠੇਕੇ, ਆਪਣੇ ਘਰਦਿਆਂ ਨੂੰ ਕੰਮ ਕਾਰ, ਸਾਰਾ ਕੁਛ ਇਹਨਾਂ ਨੇ ਜਿਹੜੇ ਹੈਗੇ ਆ ਇਹਨਾਂ ਕੋਲ ਹਰੀ ਐਣਕ ਲੱਗੀ ਹੋਈ ਆ, ਅਤੇ 100% ਆਪਣੇ ਘਰ ਭਰ ਲਏ। ਪੰਜਾਬ ਕੰਗਾਲ ਕਰਤਾ, ਪੰਜਾਬ ਅੱਜ ਕੰਗਾਲੀ ਦੇ, ਅੱਜ ਹਸਪਤਾਲਾਂ ਦਾ ਹਾਲ ਮਾੜਾ, ਪੰਜਾਬ ਦੇ ਹਸਪਤਾਲਾਂ ਦਾ ਹਾਲ ਮਾੜਾ, ਪੰਜਾਬ ਦੇ ਸਕੂਲਾਂ ਦੇ ਵਿੱਚ ਕੋਈ
बच्चा पढ़ नहीं सकता क्योंकि हालात इदा के बनाते इन्होंने पंजाब के स्कूलों के बेरोजगार जोड़े है कहते उन्होंने कुटी जा रहे हैं महल महलों के अगे लिया लिया लेके मुद्दा कर करके इस तक जो बसा के इन्होंने किया कि असी बसा फ्री कर दतिया जो बसा फ्री कीतियाँ तो सरकारी बसा जड़ियाँ किनिया गिनती है उन्होंने सरकारी बसा की उन्होंने तुम माफ करता किराया गरीबा इदा बीबिया का तो दूजे पासे कनैक्टर ड्राइवर थोड़े उन्होंने कुट रहे हैं बेइज्जत कर रहे हैं तो तीसरे पासे ये गल हैगी जी बसा प्राइवेट ने पंजाब दे विच ज़्यादा उन्होंने भी जोड़ा किराया माफ़ करके सरकार अपने को जमा करा जिस तरह असी किसानों बिजली दिती सी किसानों की बिजली का बिल जोड़ा सरकार भरती रही है 10 साल साड़ी सरकार ने भरया सो ये मैं गल्लां समझदा कि झूठियां कर रहे हैं ज अगले क्योंकि काठ की हांडी वार वार नहीं चढ़िया करती और ढह ढेरी होना इन्हों का मनारा जोड़ा है। सो लास्ट सवाल है लालका साहब, जिमें जोड़े किसान ने लगभग 5 महीनों तो वह समा हो गया दिल्ली दरहदा के संघर्ष कर रहे हैं, उत्थे ही जोड़े हमने कणक का जो सीजन लंघ के गया तो किसानों धरने लाने पे जोड़े कणक की खरीद के लिए जड़िया व्डिया समस्याव आई ने तुम ये पिछले कारण की समझ ये पिछले कारण ये है कि नरेंद्र मोदी जी तो कैप्टन अमरिंदर सिंह जी की तो अवानी अडानी की बहुत व्डे पद्धर से इन्हों मीटिंग हुई इन्होंने तय किया कि कांग्रेस को किन्ना पैसा जाना है तो बीजेपी को किन्ना पैसा जाना है पंजाब को किस तरह लुटना है क्योंकि जे लुटना पंजाब को ना हों तो पंजाब का जो कणक का सीजन आया कणक का सीजन तो सब तो छोटा सीजन होंगे सब तो व्डा सीजन जो पंजाब आता जीरी का आता सो कणक का सीजन छोटे सीजन के डगमा गए क्योंकि इन्होंने को बारदाना नहीं लिया गया इन्हों को प्रबंध नहीं सही किए गए सो मैं समझना कि शर्म करो माड़ी मोटी कांग्रसी हो शर्म करो तुम पंजाब के रहने वाले तो है ही हो भावें हुक्म थानू दिल्ली दुल्ली तो मिलते हैं पर है तो तुम पंजाबी हो पंजाब के लोगों एडा वा धक्का कर दिता पंजाब की कणक रुली पंजाब की जवानी रुल रही है पंजाब का बुढ़ापा रुल रहा है पंजाब के लोग रुल रहे हैं पंजाब झूठ बोल के तुम सरकार बनाई कित नहीं इन्हों शर्म आई हो सकता लोग 2022 इन्हों शर्म दवा देन तो इन्हों वापस घर भेज के देन जोड़े सेवा करने वाले लोग ना उन्होंने लोग अगे लैके आन सो लोगों भी मैं बेनती करनी चाहना कि आ जोड़े झूठे मखाने खड़ाते लोग इन मखाणों तो बचना चाहिए जिदा आम आदमी झूठ बोल रहा जिदा कांग्रेस ने झूठ बोलिया इन्होंने 500 करोड़ रुपया पहला जो तो चोन मैनीफेस्टो बनवाया फिर दे दोबारा लिया 500 करोड़ उदो दिता सी हूँ पता नहीं 1500-1600 करोड़ की गल चल रही है सो मैं समझदा कि जे इन्हों आप कर्म करना आता होंजाब का भूगोल कोई बहरला बंदा आके सू बना के दसूगा असी आप इलैक्शन लड़ते हुईए ज इतने के लोगों की नवे ते हथ रख देिए तो असी सिस्टम सारा चोन मैनीफेस्टो जोड़ा पंजाब के लोगों को पुछ के बनाना चाहिए गप्पा नहीं लिखनिया चाहिए इन्होंने गप्पा लिखिया झूठ साबित हुई सो मैं इस गल तो कहना कि इन्होंने शर्म होनी चाहिए जोड़ा 500 करोड़ पहला दिता या जोड़ा 500-1500 करोड़ हूँ देने फिरते हैं उही पंजाब चलाते पंजाब की बेरोजगारी खत्म होंगी पंजाब के लोगों का भला हों सो एवं मैनीफेस्टो चोन मैनीफेस्टो जिससे झूठ ही बोलना है तो आप ही बना लैन और किसी को लैके आए हैं बनाने वास्ते कुछ काठ की हांडी वार वार नहीं चढ़नी हूँ खत्म हो चुके हैं खात्मा वाल जा रहे हैं। सो नाभा तो मैनू गुरतेज थूई ने दियो याद।